ਅੱਛਾ ਇੱਥੇ ਸਿੰਘ ਜੀ, ਜੇ ਹੁਣ ਆਪਾਂ 40 ਸਾਲ ਜਿਹੜੇ ਆਪਰੇਸ਼ਨ ਬਲੂ ਸਟਾਰ ਦੇ ਨੇ 1984 ਦੇ, ਉਹਦੇ ਨਾਲ ਸੰਬੰਧਿਤ ਇੱਕ ਵਾਰੀ ਦੁਬਾਰਾ ਦੱਸਣਾ ਚਾਹੁੰਦੇ ਹੋਵੋ ਕਿ ਇਸ ਵੇਲੇ ਤੁਸੀਂ ਕੋਈ ਅਫੀਸ਼ੀਅਲ ਤੌਰ ਦੇ ਉੱਤੇ ਕੋਈ ਬਿੱਲ ਦੇ ਰੂਪ ਦੇ ਵਿੱਚ ਜਾਂ ਮੋਸ਼ਨ ਦੇ ਰੂਪ ਦੇ ਵਿੱਚ ਜਾਂ ਕੀ ਕਰਨ ਜਾ ਰਹੇ ਹੋ ਇਸ ਵੇਲੇ? ਜੀ, ਆਪਾਂ ਨਵੰਬਰ ਤੱਕ ਆਪਾਂ ਜੋ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਵਾਸਤੇ ਆਪਾਂ ਮੋਸ਼ਨ ਲਿਆਵਾਂਗੇ ਅਤੇ ਉਹ ਆਪਾਂ ਵੋਟ ਵੀ ਲੋਕ ਸਭਾ ਦੇ ਵਿੱਚ ਲੈ ਕੇ ਆਵਾਂਗੇ ਅਤੇ ਆਪਾਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਸ ਮੋਸ਼ਨ ਦੇ ਹੱਕ 'ਚ ਵੋਟ ਪਾਓ। ਨਸਲਕੁਸ਼ੀ ਨੂੰ ਮਾਨਤਾ ਦਿਵਾਉਣੀ ਚਾਹੀਦੀ ਆ, ਜੋ ਸਿੱਖਾਂ ਨਾਲ ਹੋਇਆ ਗਲਤ ਹੋਇਆ, ਅਤੇ ਬਹੁਤ ਸਾਰੇ ਸਬੂਤ ਹੈਗੇ। ਨਾਨਾਵਤੀ ਕਮਿਸ਼ਨ ਨੇ ਬੜਾ ਸਾਫ਼ ਦੱਸਿਆ ਕਿ ਜੋ ਸਿੱਖਾਂ ਨਾਲ ਸਿੱਖ ਨੂੰ ਮਾਰਿਆ ਗਿਆ, ਇਕੱਲੇ ਦਿੱਲੀ 'ਚ ਨਹੀਂ ਪਰ ਕਈ ਕਈ ਸ਼ਹਿਰਾਂ 'ਚ, ਉਹ ਸਰਕਾਰੀ ਪਲੈਨਿੰਗ ਅਤੇ ਮਦਦ ਦੇ ਨਾਲ ਹੀ ਹੋਈ ਹੈ। ਸੋ ਉਹ ਗੱਲ ਗਲਤ ਆ ਅਤੇ ਉਹਨੂੰ ਆਪਾਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਸੋ ਆਪਾਂ ਮੋਸ਼ਨ ਲਿਆਵਾਂਗੇ ਨਵੰਬਰ ਤੱਕ, ਜੋ ਆਪਾਂ ਵੋਟ ਵੀ ਲੋਕ ਸਭਾ ਦੇ ਵਿੱਚ ਲੈ ਕੇ ਆਵਾਂਗੇ। ਉਹਦੇ ਵਿੱਚ ਪਬਲਿਕ ਵੱਲੋਂ ਵੀ ਤੁਹਾਨੂੰ ਲੱਗਦਾ ਕਿਸੇ ਤਰ੍ਹਾਂ ਦੀ ਸਪੋਰਟ ਦੀ ਲੋੜ ਹੈਗੀ ਆ? ਉਹਦੇ 'ਚ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹੀ ਸਿਰਫ ਤੁਹਾਡੀ ਸਪੋਰਟ ਲਈ ਤੁਸੀਂ ਉਹਨਾਂ ਨੂੰ ਇਨਕਰੇਜ ਕਰਨਾ? ਬਹੁਤ ਅਹਿਮ ਸਵਾਲ ਹੈ ਵੀ ਜੀ। ਸੋ ਮੈਂ ਆਪਾਂ ਪਟੀਸ਼ਨ ਵੀ ਸ਼ੁਰੂ ਕੀਤਾ, ਤੋ ਉਹਦੇ 'ਚ ਆਪਾਂ ਬੇਨਤੀ ਕਰ ਰਹੇ ਹਾਂ ਲੋਕਾਂ ਨੂੰ, ਤੁਸੀਂ ਦਸਤਖਤ ਕਰੋ ਜੇ ਤੁਸੀਂ ਸਹਿਮਤ ਹੋ। ਹੁਣ ਤੱਕ ਬਹੁਤ ਦਸਤਖਤ ਹੋਈਆਂ ਪਰ ਆਪਾਂ ਹੋਰ ਚਾਹੁੰਦੇ ਹਾਂ, ਅਤੇ ਉਹ ਪਟੀਸ਼ਨ ਦੇ ਵਿੱਚ ਲਿਖਿਆ ਕਿ ਲੋਕ ਚਾਹੁੰਦੇ ਨੇ ਕਿ ਸਰਕਾਰ ਇਸ ਨਸਲਕੁਸ਼ੀ ਨੂੰ ਮਾਨਤਾ ਦੇਵੇ, ਕਿ ਜ਼ਰੂਰੀ ਗੱਲ ਆ, ਅਤੇ ਇਸ ਕਰਕੇ ਆਪਾਂ ਪਟੀਸ਼ਨ ਵੀ ਲਾਂਚ ਕੀਤਾ। ਅਤੇ ਲੋਕਾਂ ਦੀ ਬੇਨਤੀ ਹੈ ਤੁਸੀਂ ਉਸ ਪਟੀਸ਼ਨ ਦੇ ਉੱਤੇ ਦਸਤਖਤ ਕਰੋ, ਲਿਖਤੀ ਸਰੂਪ ਦੇ ਵਿੱਚ ਵੀ ਹੈ ਅਤੇ ਆਨਲਾਈਨ ਵੀ ਹੈ, ਅਤੇ ਤੁਸੀਂ ਆਪਣੇ ਲੋਕਲ ਰੈਪ੍ਰਜੈਂਟੇਟਿਵ ਨਾਲ ਵੀ ਗੱਲਬਾਤ ਕਰੋ ਕਿ ਜਦੋਂ ਇਹ ਮੋਸ਼ਨ ਆਊਗੀ ਉਹਦੀ ਹੱਕ 'ਚ ਵੋਟ ਕਰਨ।